फरीदकोट पुलिस को मिली बड़ी सफलता, 4,68,000 की नकली करेंसी के साथ एक व्यक्ति काबू, -2,000 और 500 के नकली नोट किए बरामद। नोटबंदी के बाद के घर में छुपाकर रखी थी नकली करेंसी, बाजार में चलाने की फिराक में था आरोपी। कल पुलिस स्टेशन सिटी एक सीक्रेट इन्फॉर्मेशन SHO सिटी राजवीर में मिली सी कि कोई बिशन देव नाम का व्यक्ति संजय गांधी नगर का रहने वाला जिहड़ा जाली करंसी जिहदे कोल मौजूद आ उहनूं मार्केट दे विच चलाउणा चाहुंदा ते उहदे वास्ते उह सरगर्मा ते पुलिस वल्लों जद रेड कीता गया ते उहदे कोलों 4,68,000 दे करीब जिहड़ी जाली करंसी बरामद होई आ ते दोषी नूं ਅਤੇ ਜਿਹੜੀ ਕਰੰਸੀ ਆ ਉਹ ਜਿਹੜੀ ਅਸੀਂ ਬਰਾਮਦ ਕਰ ਲਈ ਹੈ ਅਤੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ। ਇਹ ਇਹਦੇ ਕੋਲ ਇਹਨੇ ਆਪਣੇ ਕੋਲ ਘਰ ਦੇ ਵਿੱਚ ਸੰਭਾਲ ਕੇ ਰੱਖੀ ਸੀ ਸਾਰੀ ਇਹ ਅਤੇ ਇਹਨੂੰ ਮਾਰਕੀਟ ਦੇ ਵਿੱਚ ਚਲਾਉਣ ਦੀ ਕੋਸ਼ਿਸ਼ ਕਰ ਰਿਹਾ ਸੀਗਾ ਅਤੇ ਜਿਹਨੂੰ ਸਾਨੂੰ ਪਤਾ ਲੱਗ ਗਿਆ ਅਤੇ ਪੁਲਿਸ ਪਾਰਟੀ ਰੇਡ ਕਰਕੇ ਇਹਨੂੰ ਤੁਰੰਤ ਗ੍ਰਿਫਤਾਰ। ਇਹ ਜਾਂਚ ਇਹਦੇ ਬਾਰੇ ਚੱਲ ਰਹੀ ਆ। ਇਹ ਤਕਰੀਬਨ ਨੋਟਬੰਦੀ ਜਦੋਂ ਹੋਈ ਸੀ 16 ਦਸੰਬਰ-ਨਵੰਬਰ ਦੇ ਵਿੱਚ, ਉਸ ਤੋਂ ਬਾਅਦ ਦੀ ਇਹ ਸਾਰੀ ਇਹਨਾਂ ਨੇ ਇਹਨੂੰ ਪ੍ਰਿੰਟਰ ਦੇ ਵਿੱਚ ਛਾਪਿਆ ਸੀਗਾ। ਇਹ ਇਹਨਾਂ ਆਪਣੇ ਘਰ ਦੇ ਵਿੱਚ ਹੀ ਰੱਖਿਆ ਸੀਗਾ ਅਤੇ ਬਾਕੀ ਅਜੇ ਜਾਂਚ ਚੱਲ ਰਹੀ ਹੈ ਡਿਟੇਲ ਦੇ ਵਿੱਚ, ਜਿਵੇਂ ਬਾਕੀ ਗੱਲ ਪਤਾ ਲੱਗੂਗੀ ਉਹ ਆਪ ਜੀ ਨਾਲ ਸਾਂਝੀ ਕਰੀ। ਇਹ ਰੇਲ ਦੇ ਵਿੱਚ, ਰੇਲ ਗੱਡੀ ਦੇ ਵਿੱਚ ਚਾਰਜਰ ਵੇਚਣ ਦਾ ਕੰਮ ਕਰਦਾ ਅਤੇ ਉੱਥੇ ਹੀ ਇਹਦਾ ਘਰ ਵੀ ਬਿਲਕੁਲ ਸੰਜੇ ਨਗਰ ਜਿਹੜਾ ਰੇਲਵੇ ਸਟੇਸ਼ਨ ਦੇ ਬਿਲਕੁਲ ਨੀਅਰੈਸਟ ਹੈ। ਨਹੀਂ ਅਜੇ ਇਹਦੇ ਕੋਲ ਹੋਰ ਕੁਛ ਨਹੀਂ ਬਰਾਮਦ ਹੋਇਆ, ਅਜੇ ਇਹਨੂੰ ਅਸੀਂ ਅੱਜ ਪੇਸ਼ ਕਰਾਂਗੇ। ਨਹੀਂ ਉਹ ਅਜੇ ਇਹਦੇ ਕੋਲ ਕੁਛ ਨਹੀਂ ਬਰਾਮਦ ਹੋਇਆ, ਉਹ ਅਸੀਂ ਅਜੇ ਜਾਂਚ ਚੱਲ ਰਹੇ। ਨਹੀਂ ਅਜੇ ਤਾਂ ਇਹ ਦੇਖੋ ਇਕੱਲਾ ਹੀ ਸਾਨੂੰ ਇਹਦੀ ਇਕੱਲੇ ਦੀ ਗ੍ਰਿਫਤਾਰੀ ਹੋਈ ਹੈ ਅਤੇ ਬਾਅਦ ਪੁੱਛਗਿੱਛ ਜਿਵੇਂ ਗੱਲ ਗਾਂ ਚੱਲੇਗੀ ਫਿਰ ਪਤਾ ਲੱਗੂਗਾ। ਦੇਸ਼ ਵਿਦੇਸ਼ ਟੀਵੀ ਕੇ ਲਈ ਫਰੀਦਕੋਟ ਸੇ ਗਗਨਦੀਪ ਸਿੰਘ ਕੀ ਵਿਸ਼ੇਸ਼ ਰਿਪੋਰਟ। ਨਵੀਆਂ ਅਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਦੇਸ਼ ਵਿਦੇਸ਼ TV ਨੂੰ ਲਾਈਕ, ਸ਼ੇਅਰ, ਸਬਸਕ੍ਰਾਈਬ ਕੀਤਾ ਜਾਵੇ।